ਹਾਲਾਤ ਗਿਨੇ ਕਿਸਾਨਾਂ ਦੇ ਤਸਵੀਰਾਂ ਤੁਹਾਨੂੰ ਮੁਕਸਰ ਜ਼ਿਲ੍ਹੇ ਦੀਆਂ ਦਿਖਾ ਰਿਹਾ ਨਾਲ ਲੱਗਦੇ ਪਿੰਡ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਕਿਸਾਨ ਨੇ ਆਪਣੀ ਡਿੱਗੀ ਹੋਈ ਫਸਲ ਨੂੰ ਖੜੇ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਕਿਸਾਨਾਂ ਦੇ ਅੰਦਰ ਕੋਈ ਵੜ ਕੇ ਨਹੀਂ ਦੇਖ ਸਕਦਾ ਕਿਉਂਕਿ ਜਦੋਂ ਪੁੱਤਾ ਵਾਂਗੂ ਪਾਲੀ ਹੋਈ ਫਸਲ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤਹਿਸ ਨਹਿਸ ਹੋ ਜੇ ਤੇ ਜ਼ਾਹਿਰ ਤੌਰ ਤੇ ਦੁੱਖ ਹੈ ਉਹ ਸਿਰਫ ਕਿਸਾਨ ਸਮਝ ਸਕਦਾ ਹੈ ਤਸਵੀਰਾਂ ਵੇਖੋ ਕਿ ਤਸਵੀਰਾਂ ਦੇ ਵਿੱਚ ਪੂਰੀ ਤਰ੍ਹਾਂ ਪੱਕੀ ਹੋਈ ਫਸਲ ਹੈ ਜਿਹੜੀ ਉਹ ਬਿਲਕੁਲ ਜ਼ਮੀਨ ਦੇ ਨਾਲ ਵਿਸ ਚੁੱਕੀ ਹੈ ਤੇ ਕਿਸਾਨ ਕਿਤੇ ਨਾ ਕਿਤੇ ਉਸ ਫਸਲ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਫਸਲ ਠੀਕ ਨਹੀਂ ਹੋ ਸਕਦੀ ਆਪਾਂ ਗੱਲਬਾਤ ਕਿਸਾਨਾਂ ਨਾਲ ਕਰਨੇ ਆ ਬਾਈ ਜੀ ਨੁਕਸਾਨ ਕਿੰਨਾ ਹੋ ਗਿਆ ਪਹਿਲਾਂ ਤਾਂ ਕਿਸਾਨ ਦੇ ਮਨ ਤੇ ਕੀ ਬੀਤ ਰਹੀ ਹੈ ਪੁੱਤਾ ਵਾਂਗੂ ਪਾਲੀ ਫਸਲ ਹੈ ਜਿਹੜੀ ਉਹ ਤੈਰਸ ਰੈਸ ਹੋ ਗਈ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਜਰ ਨਹੀਂ ਸਕਦੇ ਇਹ ਨਾ ਨੁਕਸਾਨ ਹੋ ਗਿਆ ਕਿ ਸਮਝ ਤੋਂ ਬਾਹਰ ਹੈ ਇਹ ਸਾਨੂੰ ਉਮੀਦਾਂ ਕਿੰਨੀਆਂ ਸੀ ਬਾਈ ਇਸ ਵਾਰ ਫਸਲ ਤੋਂ ਕਿ ਫਸਲ ਚੰਗੀ ਹੋਊਗੀ ਦੇਣੇ ਲੈਣੇ ਲੈ ਜਾਣਗੇ ਜ਼ਿਮੀਦਾਰ ਦੇ ਕੀ ਲੱਗਦਾ ਫਸਲ ਤੇ ਸਾਰੀ ਉਮੀਦ ਹੈ ਕਿਸਾਨ ਦੀ ਹੋਰ ਕੀ ਹੈ ਜੀ ਸਾਡੇ ਕੋਲੇ ਇਕੱਲੀ ਖੇਤੀ ਤੇ ਨਿਰਭਰ ਕਰ ਰਹੇ ਆਈ ਕੋਈ ਸਰਕਾਰੀ ਨੌਕਰੀ ਨਹੀਂ ਕੁਛ ਨਹੀਂ ਕਰ ਰਹੇ ਜੀ ਵੀ ਸਭ ਤੋਂ ਆਸਾ ਫਸਲ ਤੇ ਹੀ ਰੱਖਦੇ ਆਈ ਅਸੀਂ ਤਾਂ ਜ਼ਿੰਦਗੀ ਚ ਤੇ ਹੁਣ ਪ੍ਰਮਾਤਮਾ ਮੂਹਰੇ ਸਰਕਾਰ ਮੂਹਰੇ ਬੇਨਤੀ ਹੈ ਜੀ ਸਾਨੂੰ ਕੁਛ ਨਾ ਕੁਛ ਜਿੰਨਾ ਵੀ ਵੱਧ ਤੋਂ ਵੱਧ ਮਾਜਵਾ ਦਿੱਤਾ ਜਾਵੇ ਬਈ ਦਿਲ ਔਖਾ ਕਿੰਨਾ ਹੁੰਦਾ ਜਦੋਂ ਉਮੀਦ ਹੋਵੇ ਫਸਲ ਪੱਕੀ ਹੋਵੇ ਫਸਲ ਘਰੇ ਆਉਣ ਵਾਲੀ ਹੋਵੇ ਹਾਲਾਤ ਕੀ ਹੁੰਦੇ ਨੇ ਦਿਲ ਤਾਂ ਅੰਦਰੋਂ ਕੋਈ ਵੇਖ ਨਹੀਂ ਸਕਦਾ ਜੀ ਕਿਸਾਨ ਦੇ ਵੀ ਕਿੰਨਾ ਨੁਕਸਾਨ ਹੋ ਗਿਆ ਜੀ ਕੀ ਪ੍ਰਮਾਤਮਾ ਨਹੀਂ ਕਰਤਾ ਜੀ ਪਰ ਸਰਕਾਰ ਮੂਰੀ ਬੇਨਤੀ ਹੈ ਸਾਨੂੰ ਤਾਂ ਵੱਧ ਵੱਧ ਮਾਇਆ ਦਿੱਤੀ ਤੇ ਜਿਹੜੀ ਬੱਚੀ ਫਸਲ ਹੈ ਤਾਂ ਵੱਢਣੀ ਬੜੀ ਔਖੀ ਹੋ ਜੂਗੀ ਕਿਵੇਂ ਕੰਬਾਈਨ ਮਹਿੰਗੇ ਰੇਟ ਤੇ ਵੱਢੋਂਗੇ ਲੇਬਰ ਮਹਿੰਗੀ ਕਿੰਨਾ ਹੋ ਗਈ ਹੌ ਬੜਾਈ ਬਹੁਤ ਨਜਾਇਜ਼ ਮਹਿੰਗੀ ਹੋ ਜਾਂਦੀ ਹੈ ਇਹ ਦੀ ਹਾਂ ਬਾਕੀ ਤੂੜੀ ਨਾ ਕਣਕ ਕੁਛ ਬੱਲੇ ਹੀ ਨਹੀਂ ਸਾਡੇ ਪੈਣਾ ਹੀ ਐ ਇਸੇ ਇਹਦੇ ਵਿੱਚ ਤਾਂ ਹੀ ਹਾਂ ਕਰ ਕੀ ਸਕਦੇ ਐ ਅਸੀਂ ਪ੍ਰਮਾਤਮਾ ਮੂਰੀ ਫਿਰ ਬਾਈ ਦਿੱਕਤ ਕਿੰਨੀ ਕਿਸਾਨਾਂ ਦੀ ਵੱਧ ਗਈ ਐ ਫਸਲ ਐ ਜਿਹੜੀ ਉਹ ਡਿੱਗ ਪਈ ਐ ਪੂਰੀ ਤਰ੍ਹਾਂ ਮੁਸ਼ਕਲ ਕਿੰਨੀ ਹੋਗੀ ਹੁਣ ਮੁਸ਼ਕਲ ਤਾਂ ਬਹੁਤ ਜ਼ਿਆਦਾ ਹੋਗੀ ਦੁੱਗਣਾ ਤਾਂ ਰੇਟ ਹੋ ਜੂ ਵੜਾਈ ਦਾ ਫਿਰ ਤੂੜੀ ਅੱਧੀ ਬਨੂਗੀ ਤੇ ਸਾਰੇ ਕਾਸੀ ਦੀ ਦਿੱਕਤ ਹੀ ਦਿੱਕਤ ਹੈ ਤਾਂ ਤੇ ਇਹਦੇ ਨਾਲ ਹੁਣ ਜਦੋਂ ਥਾਂ ਸੁੱਕੂਗਾ ਫੇਰ ਜਾ ਕੇ ਚੱਲੂਗਾ ਹੁਣ ਕਣਕ ਦੇ ਦਿਨ ਕਿਹੜੇ ਰਹਿ ਗਏ ਸੀਗੇ ਇਹ ਅਪ੍ਰੈਲ ਚੜ੍ਹਨ ਵਾਲਾ ਹੈ 13 ਅਪ੍ਰੈਲ ਤੋਂ ਮਸ਼ੀਨਾਂ ਚੱਲ ਪੈਂਦੀਆਂ ਹਰੇਕ ਕਾਸੀ ਦੀ ਹੁਣ ਦੁੱਗਣੀ ਵੜਾਈ ਦੇਣੀ ਪਊਗੀ ਦੁੱਗਣਾ ਰੇਟ ਹੋ ਗਿਆ ਇਹਦਾ ਹੁਣ ਬਈ ਛਾੜਦਾ ਕਿੰਨਾ ਫਰਕ ਪੈ ਜੂ ਕੀ ਲੱਗਦਾ ਫਸਲ ਪੱਕ ਚੁੱਕੀ ਸੀ ਦਾਣਾ ਨਰਮ ਹੋ ਜਾਊਗਾ ਮੰਡੀਆਂ 'ਚ ਰੇਟ ਨਹੀਂ ਮਿਲਨੇ ਦਿੱਕਤ ਆ ਗਈ ਜਿਹੜਾ ਹੁਣ ਉੱਤੋਂ ਕੱਚਾ ਦਾਣਾ ਰਹਿ ਗਿਆ ਉਹ ਤਾਂ ਉਵੇਂ ਕਾਲੀ ਹੋ ਜਾਊਗੀ ਠੀਕ ਹੈ ਤੇ ਹੁਣ ਜਿਵੇਂ ਆ ਜੜਾਂ ਹੱਥ 'ਚ ਆਈ ਜਾਂਦੀਆਂ ਪਾਣੀ ਖੜ ਗਿਆ ਇਹ ਤਾਂ ਹੁਣ ਆਧਾ ਵਾਂਗੂ ਰਹਿ ਗਿਆ ਕੰਮ ਤੇ ਤੂੜੀ 'ਚ ਸਾਨੂੰ ਬਹੁਤ ਦਿੱਕਤ ਆਊਗੀ ਜਿਆਦੇ ਸੇਮ ਵਾਲੇ ਵਾਹਣਾਂ ਵਿੱਚ ਜੜਾਂ ਆਉਣਾਂ ਤੇ ਫਸਲਾਂ ਦੇ ਖਾਨ ਦੇ ਬਹੁਤ ਦਿੱਕਤ ਪਾਊਗੀ ਰੇਤਾ ਬਹੁਤ ਜ਼ਿਆਦੇ ਬਣੂਗਾ ਇਸ ਵਾਰ ਜਿਵੇਂ ਮੌਸਮ ਸੀ ਉਮੀਦਾਂ ਕਿੰਨੀਆਂ ਸੀ ਜ਼ਿਮੀਂਦਾਰ ਨੂੰ ਕਿ ਇਸ ਵਾਰ ਫਸਲ ਚੰਗੀ ਹੋ ਜੂਗੀ ਕੋਈ ਲੈਣ ਦੇਣੇ ਲੈ ਜਾਣਗੇ ਜ਼ਿਮੀਂਦਾਰ ਨੇ ਉਮੀਦ ਤਾਂ ਬਈ ਐਤਕੀ ਜਿਵੇਂ ਠੰਡ ਪਈ ਸੀ ਕਿ ਲੰਮੀ ਵੀ ਬਹੁਤ ਸੀਗੀ ਵੀ 60% ਮੰਨਦੀ ਹੋ ਜੂਗੀ ਹੁਣ ਜਿਵੇਂ ਤੜਕੇ ਜਾ ਕੇ ਵੇਖਿਆ ਅਸੀਂ ਮੀਂਹ ਦੇ ਕਾਰਨ ਵੀ ਨੁਕਸਾਨ ਬਹੁਤ ਹੋ ਗਿਆ ਪਾਣੀ ਖੜ ਗਿਆ ਹੁਣ 10 15 ਦਿਨਾਂ ਚ ਕਣਕ ਨੇ ਆ ਜਾਣਾ ਸੀਗਾ ਤੇ ਹੁਣ ਤਾਂ 10 15 ਦਿਨਾਂ ਚ ਕਣਕ ਗਲ ਨਹੀਂ ਲੱਗ ਜੂਗੀ ਵੀ ਸੁੱਕਣੀ ਲੱਗੀ ਕਣਕ ਹੁਣ ਤਾਂ ਜਿਆਦਾ ਜਿਹੜੇ ਰਾਤ ਬਾਈ ਜੀ ਬਾਰਿਸ਼ ਹੋਈ ਹੈ ਨਾਲ ਗੜੇ ਵੀ ਸੀਗੇ ਹਾਂਜੀ ਔਰ ਕਿਹੜੀਆਂ ਕਿਹੜੀਆਂ ਫਸਲਾਂ ਨਸਾਨ ਮੰਨਦੇ ਹੋ ਕਣਕ ਦਾ ਵੇਸ਼ੀ ਕੀ ਪੂਰੀ ਹੋਰ ਕਿਹੜੀਆਂ ਸਰੋਂ ਤੋਂ ਲੈ ਕੇ ਹੋਰ ਕਿਹੜੀਆਂ ਫਸਲਾਂ ਸਾਰੀ ਜੀ ਕੁੱਲ ਚੀਜ਼ ਦਾ ਨੁਕਸਾਨ ਸਾਰੇ ਪੱਠੇ ਵੀ ਸਮਝ ਲਓ ਵੀ ਥੱਲੇ ਲਾਤੇ ਮੈਂ ਹੁਣੇ ਦੇਖ ਕੇ ਆਇਆ ਹਾਂ ਤੇ ਕੋਈ ਵੀ ਚੀ ਮਤਲਬ ਮੈਨੂੰ ਤਾਂ ਦਿਸਣੀ ਵੀ ਹੱਥ ਚਾਊਗੀ ਹਾਂ ਸਾਰੀ ਚੀਜ਼ ਦਾ ਨੁਕਸਾਨ ਹੈ ਬਈ ਮਣੋਖਾ ਕਿੰਨਾ ਹੁੰਦਾ ਜਿਵੇਂ ਦੂਜੇ ਬਾਈ ਨਾਲ ਮੈਂ ਗੱਲ ਕੀਤੀ ਹੈ ਕਹਿੰਦੇ ਕਈ ਬੰਦਿਆਂ ਦਾ ਰੋਟੀ ਬਣਾਉਣ ਨੂੰ ਦਿਲ ਨਹੀਂ ਕੀਤਾ ਤਰਕੇ ਵੀ ਇਹ ਰੋਟੀ ਬਣਾਈਏ ਜਾਂ ਕੀ ਕਰੀਏ ਐਵੇਂ ਹੀ ਇਹੀ ਗੱਲ ਸਹੀ ਹੈ ਜੀ ਹਾਂ ਮੇਰਾ ਤਾਂ ਆਮਾਨ ਖਰਾਬ ਹੋ ਗਿਆ ਹੁਣ ਜਾ ਕੇ ਹਾਂ ਤੇ ਫਸਲ ਨਾਲ ਹੀ ਇਸ ਜ਼ਿਮੀਂਦਾਰਾ ਜੀ ਹੈ ਤੇ ਐਨਾ ਵੀ ਹੁਣ ਪੱਕੀ ਫਸਲ ਜਦੋਂ ਜ਼ਿਮੀਂਦਾਰ ਦੀ ਮਰ ਜੇ ਫਿਰ ਇਹ ਦੂਤੇ ਕੀ ਹੈ ਜੀ ਬੱਚਿਆਂ ਸਮਾਨ ਹੁੰਦੀ ਹੈ ਫਸਲ ਈ ਮੰਗ ਕਰਦੇ ਹੋ ਸਰਕਾਰ ਤੋਂ ਕੀ ਹੋਵੇ ਜੀ ਕਿਸਾਨਾਂ ਨੂੰ ਮਾੜਾ ਮੋੜਾ ਸਹਾਈਤਾ ਹੋ ਜਾਏ ਕੋਈ ਰਿਲੀਫ ਮਿਲ ਜਾਏ ਕਿਸਾਨਾਂ ਨੂੰ ਹਾਂ ਜੀ ਸਰਕਾਰ ਤੋਂ ਉਮੀਦ ਤਾਂ ਕਰਦੇ ਆਂ ਜੇ ਕੋਈ ਕਰੇ ਸਾਡੀ ਮਦਦ ਵੱਧ ਤੋਂ ਵੱਧ ਹੋਵੇ ਪਿਛਲੀ ਵਾਰ ਤਾਂ ਉਦੋਂ ਵੀ ਕਣਕ ਮਰ ਗਈ ਸੀ ਉਹਦੇ ਪੈਸੇ ਆਏ ਕਿਸੇ ਨੂੰ ਆਏ ਕਿਸੇ ਨੂੰ ਆਏ ਨਹੀਂ ਉਹ ਵਿੱਚੇ ਰਲਦੇ ਫਿਰਦੇ ਹਜੇ ਵਿੱਚੇ ਫਿਰਦੇ ਆ ਜੀ ਕਿੰਨੀ ਕਿੰਨੀ ਕਣਕ ਬੀਜੀ ਸੀ ਖਰਾਬ ਕਿੰਨੀ ਹੋ ਗਈ ਕਿੰਨੀ ਫਸਲ ਸੀ ਤੁਹਾਡੀ ਹੱਦ ਕੀ ਸਾਡੀ ਕਣਕ 12 ਕਿੱਲੇ ਸੀ ਜੀ ਸਾਰੀ ਸਾਰੀ ਹੁਣ ਥੱਲੇ ਲੱਗੀ ਪਈ ਐ ਇਸ ਟਾਈਮ ਅਸੀਂ ਤਾਂ ਇਹ ਪਰਮਾਤਮਾ ਮੂਰੇ ਅਰਦਾਸ ਕਰਦੇ ਸਾਂਗੇ ਵੀ ਚੰਗੀ ਫਸਲ ਲੱਗ ਜੇ ਚਲੋ ਤੇ ਪਰ ਹੁਣ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਹੀ ਹੈ ਸਾਨੂੰ ਤਾਂ ਇਹ ਕੋਈ ਅੱਧ ਨਹੀਂ ਪੱਲੇ ਪੈਂਦਾ ਲੱਗਦਾ ਹਾਂਜੀ ਕੁਝ ਹੋਰ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਲਵੰਦਰ ਕਿਵੇਂ ਦੇਖਦੇ ਹੋ ਫਸਲ ਹੈ ਜੀ ਅੱਗੇ ਥੋੜਾ ਜਿਹਾ ਫਸਲ ਹੈ ਜਿਹੜੀ ਕਿਸਾਨਾਂ ਦੀ ਪੂਰੀ ਤਰ੍ਹਾਂ ਤੈਸਨੈਸ ਹੋ ਗਈ ਹੈ ਹਾਲਾਤ ਕੀ ਹੈ ਹਾਂਜੀ ਵੀ ਦੱਸਦੇ ਬਈ ਪਿਛਲੀ ਵਾਰ ਤਾਂ ਸਾਡੇ ਜਮਾਂ ਹੀ ਨੁਕਸਾਨ ਹੋ ਗਿਆ ਸੀ ਜਮਾਂ ਹੀ ਮਰ ਗਏ ਸੀ ਕਣਕਾਂ ਤੇ ਐਤਕੀ ਵੀ ਹੁਣ ਦਿਸੀ ਜਾਂਦਾ ਸਾਨੂੰ ਆਧੀ ਹੁਣ ਰਹਿ ਗਈ ਹਾਂ ਆਦੋ ਵੀ ਨਹੀਂ ਹੋਈ ਬਹੁਤ ਨੁਕਸਾਨ ਆ ਜੀ ਉਹ ਕਾ ਕਿੰਨਾ ਮਨਜੀਵਨ ਦਰ ਦੇਖੋ ਜੀ ਜੀ ਨਹੀਂ ਕਰਦਾ ਖੇਤ ਜਾਣ ਨੂੰ ਹਾਂ ਪੱਕੀ ਫਸਲ ਜਿਹੜੀ ਆਏ ਹੋਏ ਜਿਵੇਂ ਪੱਕੀ ਫਸਲ ਤੇ ਮੰਨ ਕੇ ਚਲੋ ਜੀ ਸਾਰਾ ਹੀ ਹੈ ਜੀਮੀਦਾਰ ਮਤਾ ਹੀ ਵੀ ਆਹੀ ਫਸਲ ਦੇ ਆਸਤੀ ਹੈ ਸਾਰਾ ਕੁਝ ਹੀ ਬਿਲਕੁਲ ਇਹ ਕਿਸਾਨ ਨੇ ਕਿਤਨਾ ਕਿਤੇ ਦੁਖੀ ਨੇ ਕਿਉਂਕਿ ਰਾਤ ਜਿਹੜੀ ਬਾਰਿਸ਼ ਹੋਈ ਹੈ ਉਸ ਬਾਰਿਸ਼ ਦੇ ਨਾਲ ਕਿਤਨਾ ਕਿਤੇ ਫਸਲਾਂ ਨੇ ਉਹ ਤੈਸ ਨੈਸ ਹੋ ਗਈਆਂ ਨੇ ਕਿਸਾਨ ਕਹਿ ਰਹੇ ਕਿ ਮੁਆਵਜ਼ਾ ਆਗੜਾ ਉਹ ਗਰਦੌਰੀਆਂ ਤੋਂ ਬਾਅਦ ਤੁਰੰਤ ਸਰਕਾਰ ਵੱਲੋਂ ਰੀਲீஸ் ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਤਨਾ ਕਿਤੇ ਇਸ ਨੁਕਸਾਨ ਦੀ ਪਰ ਪਾਈ ਹੋ ਸਕੇ ਸੂਰਜਪਾਨ ਨਿਊਜ਼ 18 ਪੰਜਾਬ ਗਿੱਦੜਬਾਹ ਮੁਕਸਰ ਸਾਹਿਬ